ਜ਼ਿਲ੍ਹਾ ਸਾਂਝ ਕੇਂਦਰ ਖੰਨਾ ਮਾਛੀਵਾੜਾ ਸਾਹਿਬ ਸੋਸ਼ਲ ਵੈਲਫੇਅਰ ਸੁਸਾਇਟੀ ਅਤੇ ਸਮਰਾਲਾ ਸੋਸ਼ਲ ਵੈਲਫੇਅਰ ਸੁਸਾਇਟੀ ਦੇ ਸਹਿਯੋਗ ਨਾਲ ਅੱਜ ਪਿੰਡ ਸਹਿਲਾ ਵਿਖੇ ਸੋਹਾਣਾ ਹਸਪਤਾਲ ਮੋਹਾਲੀ ਵੱਲੋਂ ਹੱਡੀਆਂ, ਗੋਡੇ ਬਦਲਣ ਅਤੇ ਅੱਖਾਂ ਦੇ ਮੁਫਤ ਚੈੱਕਅਪ ਕੈਂਪ ਲਗਾਇਆ ਗਿਆ। ਡਾਕਟਰ ਮੋਹਿਤ ਸ਼ਰਮਾ ਅਤੇ ਡਾਕਟਰ ਗੀਰਾ ਦੀ ਅਗਵਾਈ ਵਿੱਚ ਆਈ ਟੀਮ ਵੱਲੋਂ 200 ਮਰੀਜ਼ਾਂ ਦੀ ਜਾਂਚ ਕੀਤੀ ਗਈ, ਜਿਨ੍ਹਾਂ ਵਿੱਚੋਂ 15 ਮਰੀਜ਼ਾਂ ਦੀ ਚੋਣ ਆਪਰੇਸ਼ਨ ਲਈ ਕੀਤੀ ਗਈ ਅਤੇ ਲੋੜਵੰਦ ਮਰੀਜ਼ਾਂ ਨੂੰ ਮੁਫਤ ਦਵਾਈ ਵੀ ਦਿੱਤੀ ਗਈ। ਕੈਂਪ ਜਿਹੜਾ ਅੱਜ ਲਗਾਇਆ ਗਿਆ ਸੀ ਗੋਡਿਆਂ ਦਾ ਜਾਂ ਅੱਖਾਂ ਦਾ, ਇਹ ਕਿਹੜੀ ਸੰਸਥਾ ਵੱਲੋਂ ਲਗਾਇਆ ਗਿਆ ਅਤੇ ਅੱਜ ਕਿੰਨੇ ਮਰੀਜ਼ ਇੱਥੇ ਪਹੁੰਚੇ? ਅੱਜ ਪਿੰਡ ਸਿਹਾਲਾ ਦੇ ਗ੍ਰਾਮ ਨਿਵਾਸੀਆਂ ਦੇ ਸਹਿਯੋਗ ਦੇ ਨਾਲ ਸੋਸ਼ਲ ਵੈਲਫੇਅਰ ਸੁਸਾਇਟੀ ਸਮਰਾਲਾ ਅਤੇ ਮੱਛਵਾੜਾ, ਭਾਈ ਮਰਦਾਨਾ ਚੈਰੀਟੇਬਲ ਟਰੱਸਟ ਅਤੇ ਹੋਰ ਇਲਾਕੇ ਦੀਆਂ ਸਮੂਹ ਸਮਾਜ ਸੇਵੀ ਜਥੇਬੰਦੀਆਂ ਦੇ ਸਹਿਯੋਗ ਦੇ ਨਾਲ, ਇੱਥੇ ਪੁਲਿਸ ਸਾਂਝ ਕੇਂਦਰ ਦੇ ਸਹਿਯੋਗ ਦੇ ਨਾਲ ਸਿਹਾਲੇ ਪਿੰਡ ਦੇ ਵਿੱਚ ਮੁਫਤ ਚੈੱਕਅਪ ਕੈਂਪ, ਮੈਡੀਕਲ ਕੈਂਪ ਲਾਇਆ ਗਿਆ ਸੀ, ਜਿਹਦੇ ਵਿੱਚ ਕਰੀਬ 150 ਦੇ ਕਰੀਬ ਮਰੀਜ਼ਾਂ ਨੇ ਚੈੱਕਅਪ ਕਰਾਇਆ ਅਤੇ ਆਪਣੀ ਸਿਹਤ ਦੀ ਜਾਂ ਹੋਣ ਦੇ ਲਈ ਫਾਇਦੇ। ਇਹਦੇ ਵਿੱਚ ਜਿਹੜੀਆਂ ਦਵਾਈਆਂ ਵਗੈਰਾ ਮਰੀਜ਼ਾਂ ਨੂੰ ਇਹ ਪ੍ਰੋਵਾਈਡ ਕੀਤੀਆਂ ਜਾਂਦੀਆਂ ਨੇ ਜਾਂ ਮਤਲਬ ਬਾਹਰੋਂ ਲੈਣੀ ਪੈਂਦੀ? ਕੁਛ ਦਵਾਈਆਂ ਜਿਹੜੀਆਂ ਦਿੱਤੀਆਂ ਜਾ ਸਕਦੀਆਂ ਨੇ, ਅਵੇਲੇਬਲ ਕਰਵਾਈਆਂ ਜਾ ਸਕਦੀਆਂ, ਉਹ ਇੱਥੇ ਮੌਕੇ 'ਤੇ ਵੀ ਦਿੱਤੀਆਂ ਗਈਆਂ ਨੇ, ਬਾਕੀਆਂ ਨੂੰ ਉਹਨਾਂ ਦੇ ਸਲਿਪਸ ਵਗੈਰਾ ਬਣਾਈਆਂ ਗਈਆਂ ਨੇ, ਉਹਨਾਂ ਨੂੰ ਉੱਥੇ ਦਾ ਰੈਫਰੈਂਸ ਪਾ ਕੇ ਕਿ ਜਿਨ੍ਹਾਂ ਦਾ ਟ੍ਰੀਟਮੈਂਟ ਜ਼ਿਆਦਾ ਲੰਬਾ ਚੱਲਣਾ ਹੈਗਾ ਉਹਨਾਂ ਟ੍ਰੀਟਮੈਂਟ ਉੱਥੇ ਹੋਸਪਿਟਲ ਰਾਹੀਂ ਕਰਵਾਇਆ। ਇਹ ਵੀ ਸੁਣਨਾ ਚਾਹਿਆ ਕਿ ਆਯੁਸ਼ਮਾਨ ਦੇ ਤਹਿਤ ਇਹ ਹਸਪਤਾਲ ਜਿਹੜਾ ਹੈਗਾ ਮੁਫਤ ਦੇ ਵਿੱਚ ਆਪਰੇਸ਼ਨ ਵਗੈਰਾ ਵੀ ਕਰਵਾਉਂਦੇ ਹੈਗੇ ਨੇ? ਹਾਂਜੀ, ਆਯੁਸ਼ਮਾਨ ਕਾਰਡ ਜਿਨ੍ਹਾਂ ਦਾ ਬਣਿਆ ਹੋਇਆ ਉਹਨਾਂ ਨੂੰ ਸਰਕਾਰ ਵੱਲੋਂ ਫੈਸਿਲਿਟੀ ਹੈਗੀ ਆ 5 ਲੱਖ ਤੱਕ ਦੀ, ਅਤੇ ਇਸ ਜਿਹੜੀ ਫੈਸਿਲਿਟੀ ਦੇ ਰਹੀ ਆ ਸੰਸਥਾ ਜਿਹੜੀ ਸੋਹਾਣਾ ਚੈਰੀਟੇਬਲ ਹੋਸਪਿਟਲ ਹੈਗਾ, ਉਹ ਉਸ ਕਾਰਡ ਨੂੰ ਮੰਨਦੀ ਆ ਅਤੇ ਸਾਰਾ ਖਰਚਾ ਜਿਹੜਾ ਉਹ ਸਰਕਾਰ ਪੇ ਕਰਦੀ ਹੈ। ਥੈਂਕ ਯੂ ਸਰ। ਅੱਜ ਤੁਸੀਂ ਸੋਹਾਣਾ ਹਸਪਤਾਲ ਵੱਲੋਂ ਇੱਥੇ ਪੰਚਸਾਲਾ ਪਹੁੰਚੇ ਹੋ ਅਤੇ ਅੱਜ ਦੇ ਇਸ ਕੈਂਪ ਬਾਰੇ ਸਾਨੂੰ ਕੋਈ ਜਾਣਕਾਰੀ ਕੀ ਸਾਂਝੀ ਕਰਨੀ? ਦੇਖੋ ਜੀ, ਸੋਹਾਣਾ ਹਸਪਤਾਲ ਮੋਹਾਲੀ ਜੋ ਕਿ ਸੁਪਰ ਸਪੈਸ਼ਲਿਟੀ ਹਸਪਤਾਲ ਹੈ ਮੋਹਾਲੀ ਵਿੱਚ ਜੀ, ਉਹਨਾਂ ਵੱਲੋਂ ਕਾਫੀ ਵੱਡੇ ਲੈਵਲ 'ਤੇ ਕੈਂਪ ਲਗਾਏ ਜਾ ਰਹੇ ਹੈ ਜੀ। ਇਹ ਕੈਂਪ ਦੇ ਜਿਵੇਂ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਆ ਰਿਹਾ, ਉਸਦੇ ਸੰਬੰਧਿਤ ਵੀ ਇਹ ਕੈਂਪ ਲਗਾਏ ਜਾ ਰਹੇ ਹੈ। ਓਕੇ, ਅਤੇ ਇਸ ਕੈਂਪ ਦੇ ਲਈ ਅੱਜ ਸਾਨੂੰ ਇੱਥੇ ਪਿੰਡ ਵਿੱਚ ਆਉਣ ਦਾ ਮੌਕਾ ਮਿਲਿਆ ਜੀ, ਅਤੇ ਇਸ ਵਿੱਚ ਸਾਡੇ ਮੇਨ ਜਿਹੜਾ ਕੈਂਪ ਹੈਗਾ ਉਹ ਹੱਡੀਆਂ ਅਤੇ ਅੱਖਾਂ ਦਾ ਕੈਂਪ ਸੀਗਾ, ਅਤੇ ਇਹਦੇ ਵਿੱਚ ਕਾਫੀ ਵੱਧ ਚੜ੍ਹ ਕੇ ਲੋਕਾਂ ਨੇ ਹਿੱਸਾ ਲਿਆ ਜੀ, ਅਤੇ ਸਾਨੂੰ ਇੱਥੇ ਕਾਫੀ ਸਪੋਰਟ ਮਿਲੀ। ਹੋਰ ਵੀ ਇਸ ਤੋਂ ਇਲਾਵਾ ਹੋਰ ਪਿੰਡਾਂ ਸ਼ਹਿਰਾਂ ਦੇ ਵਿੱਚ ਵੀ ਤੁਹਾਡੇ ਕੈਂਪ ਲੱਗਦੇ ਹੈਗੇ ਨੇ? ਹਾਂਜੀ, ਇਸ ਤੋਂ ਪਹਿਲਾਂ ਅਸੀਂ ਕਾਫੀ ਕੈਂਪ ਲਗਾ ਚੁੱਕੇ ਹਾਂ ਜਿਨ੍ਹਾਂ ਦੀ ਕੋਈ ਗਿਣਤੀ ਨਹੀਂ ਹੈਗੀ, ਅਤੇ ਸ਼ੁਰੂ ਤੋਂ ਅਸੀਂ ਕੈਂਪ ਲਗਾਉਂਦੇ ਆ ਰਹੇ ਹਾਂ ਅਤੇ ਅੱਗੇ ਲਗਾਉਂਦੇ ਰਹਾਂਗੇ। ਇਸ ਨਾਲੇ ਕੀ ਹੈ ਕਿ ਬੇਸਿਕਲੀ ਕਈ ਪੇਸ਼ੈਂਟ ਜਿਵੇਂ ਉਹ ਆਪਣੇ ਹੋਸਪਿਟਲ ਤੱਕ ਨਹੀਂ ਪਹੁੰਚ ਸਕਦੇ, ਅਤੇ ਇਸ ਲਈ ਅਸੀਂ ਉਹਨਾਂ ਤੱਕ ਪਹੁੰਚ ਕਰ ਰਹੇ ਹਾਂ ਤਾਂ ਕਿ ਉਹਨਾਂ ਨੂੰ ਇਹ ਪਤਾ ਚੱਲ ਸਕੇ, ਕਿਉਂਕਿ ਸਾਡੇ ਕੋਲ ਜਿਵੇਂ ਇੱਕ ਆਯੁਸ਼ਮਾਨ ਨਾਂ ਦੀ ਇੱਕ ਸਕੀਮ ਆਈ ਹੈ ਜੀ ਜੀ ਜੀ, ਉਹ ਜੋ ਕਿ ਬਹੁਤ ਹੀ ਵਧੀਆ ਸਕੀਮ ਹੈ ਸਰਕਾਰ ਦੀ, ਉਸ ਨਾਲ ਕੀ ਹੈ ਕਿ ਉਹ ਅਸੀਂ ਉਹਨਾਂ ਨੂੰ ਲੋਕਾਂ ਤੱਕ ਪਹੁੰਚਾ ਰਹੇ ਹਾਂ ਕਿ ਤੁਸੀਂ ਉਹਦਾ ਫਾਇਦਾ ਉਠਾਓ ਤਾਂ ਕਿ ਉਹ ਤੁਸੀਂ ਆਪਣਾ ਇਲਾਜ ਕਰਾ ਸਕੋ। ਇਹਦੇ ਤਹਿਤ ਜਿਹੜੇ ਇਲਾਜ ਨੇ ਉਹ ਤੁਹਾਡੇ ਹਸਪਤਾਲ ਦੇ ਵਿੱਚ ਮੁਫਤ ਕੀਤੇ ਜਾਂਦੇ? ਹਾਂਜੀ, ਇਸ ਦੇ ਦੌਰਾਨ ਅਸੀਂ ਇਲਾਜ ਬਿਲਕੁਲ ਫ੍ਰੀ ਕਰ ਰਹੇ ਹਾਂ, ਇਸ ਦੇ ਵਿੱਚ ਤੁਸੀਂ ਕੋਈ ਵੀ ਆਪਰੇਸ਼ਨ ਕਰਾਉਣਾ ਹੈ ਤਾਂ ਤੁਸੀਂ ਉਸਦਾ ਫਾਇਦਾ ਲੈ ਸਕਦੇ ਹੋ। ਕੈਂਪ ਲਗਾਉਣ ਲਈ ਆਏ ਹੋ, ਇਹਦੇ ਬਾਰੇ ਤੁਸੀਂ ਸਾਨੂੰ ਕੀ ਜਾਣਕਾਰੀ ਦੇਣਾ ਚਾਹੁੰਦੇ ਹੋ? ਅਸੀਂ ਸਵੇਰੇ 10 ਵਜੇ ਕੈਂਪ ਸ਼ੁਰੂ ਕੀਤਾ ਜੀ, ਅਤੇ ਕਰੀਬ 200 ਪੇਸ਼ੈਂਟ ਅਸੀਂ ਦੇਖੇ, ਇਹਦੇ ਵਿੱਚ ਮੇਨ ਪੇਸ਼ੈਂਟ ਗੋਡਿਆਂ ਦੇ ਜਿਹੜੇ ਮਰੀਜ਼ ਹੈ ਅਤੇ ਜਿਹੜੇ ਅੱਖਾਂ ਦੇ,
ਅਤੇ ਸਾਡਾ ਮੇਨ ਫੋਕਸ ਇਹ ਹੈ ਕਿ ਜਿਹਨਾਂ ਦੇ ਆਯੁਸ਼ਮਾਨ ਦੇ ਕਾਰਡਸ ਬਣੇ ਹੋਏ ਨੇ, ਜਿਵੇਂ ਆਯੁਸ਼ਮਾਨ ਜਿਹੜੀ ਮੋਦੀ ਸਰਕਾਰ ਦੀ ਜਿਹੜੀ ਸਕੀਮ ਚੱਲੀ, ਉਹਦੇ ਤਹਿਤ ਅਸੀਂ ਕਾਰਡ ਵਾਲੇ ਜਿਹੜੇ ਪੇਸ਼ੈਂਟ ਆ ਉਹਨਾਂ ਦਾ ਇਲਾਜ ਫਰੀ ਕਰਾ ਰਹੇ ਹਾਂ ਹਸਪਤਾਲ, ਜਿਹਨਾਂ ਦੇ ਛੋਟੇ ਬੰਦਾ ਹੁੰਦੇ ਆ ਜਾਂ ਅੱਖਾਂ ਦਾ ਓਪਰੇਸ਼ਨ ਹੁੰਦਾ, ਉਹ ਅਸੀਂ ਆਯੁਸ਼ਮਾਨ ਦੇ ਤਹਿਤ ਫਰੀ ਕਰਾ ਰਹੇ ਹਾਂ ਹਸਪਤਾਲ। ਅੱਜ ਕੁਛ ਓਪਰੇਸ਼ਨ ਲਈ ਵੀ ਚੁਣੇ ਗਏ ਨੇ ਮਰੀਜ਼ ਕੋਲ ਕਰੀਬ 15 ਤੋਂ 20 ਪੇਸ਼ੈਂਟ ਜਿਹੜੇ ਉਹ ਅਸੀਂ ਚੁਣੇ ਜਾਂਦੇ।